ਸ਼ਬਦੋ ਨਾਉ ਹਰੀ ਕੀ ਰਾਮ ਅੰਤਨੀ ਵਸਾਇਆ ਕਹਿ ਨਾਮ ਅਨੰਦ ਵਿਵਾਸ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੁਸ ਦਰ ਹੋ ਵਰਨਾਲੇ ਹਰਨਾਰ ਹੋ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਬਲਾ ਸਭਰਾ ਸਵਾਮੀ ਸਤਿਗੁਰੂ ਨਾ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਰ ਹੋ ਵਰਨਾਲੇ ਸਾਜੇ ਸਾਹਿਬਾ ਕਿਆ ਨਾਇ ਕਰਦੇ ਰਹਿ ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਜੀ ਸਹਾਰੇ ਵਾਲ ਸ੍ਰੀ ਗੁਰੂ ਜੀ ਕੀ ਪਾਤਸ਼ਾਹ ਦਸਵੀਂ ਪ੍ਰਤਮ ਭਗਵਤੀ ਸੁਨਤਾ ਗੁਰੂ ਨਾਨਕ ਲੈ ਦਿਹਾਰੇ ਬਿਰੰਗਤ ਗੁਰਤੇ ਅਮਰਦਾਸ ਰਾਮ ਦਾਸ ਮੋਈ ਸਹਾਰੇ ਅਰਜਨ ਹਰਿ ਵਿਦਲਾ ਸਿਮਰਨ ਸ੍ਰੀ ਮਹਾਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਗਏ ਜਿਸ ਵਿਖੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆਏ ਘਰ ਨਾਮ ਦਿਆ ਵਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵ ਜੀ ਦਾਦਾ ਧਿਆਨ ਧਰ ਕੇ ਬੁਲਾ ਜੀ ਵਾਹਿਗੁਰੂ ਫੁਕਰ ਦੇ ਅੰਦਰ ਰਹਿ ਕੇ ਸਵਾਸਾਂ ਦੀ ਪੂੰਜੀ ਨੂੰ ਖਰਚ ਕਰਕੇ ਅਕਾਲ ਚਲਾਣਾ ਕਰਕੇ ਸਨਾਉ ਉਸ ਵਿਛੜੀ ਹੋਈ ਆਤਮਾ ਦੇ ਨਿਤਰ ਆਪ ਜੀ ਦੇ ਸ਼ਬਦ ਕੀਰਤਨ ਗੁਰਮਤ ਵਿਚਾਰਾਂ ਅਨੰਦ ਸਾਹਿਬ ਜੀ ਕੀ ਅਰਦਾਸ ਸੁਖੋ ਮੈਂ ਨਾਮ ਜਿਤਿਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਤਿਆਰ ਹੋ ਗਏ ਨੇ ਤੋ ਮੈਂ ਜਿੱਥੇ ਦੋ ਮਿੰਟ ਲੈਣੇ ਸੀ ਉੱਥੇ
ਅੱਧੇ ਮਿੰਟ ਵਿੱਚ ਹੀ ਆਪਣੇ ਵਿਚਾਰ ਦੇਣੇ ਹੈ ਉਹ ਸਵਾਗਤ ਕਰਨ ਵਾਲਾ ਹਾਂ, ਕਿਉਂਕਿ ਇਹ ਭਾਰੀ ਬਾਤ ਹੈ ਕਿ ਕਿਤੇ ਗੱਫੇ ਜਦੋਂ ਵੱਧ ਜਾਣ ਫਿਰ ਗੱਫਿਆਂ ਦੀ ਗੱਲ ਹੁਣ ਸ਼ੁਰੂ ਹੋ ਜਾਂਦੀ ਹੈ। ਤੋ ਮੈਂ ਬਾਤ ਇੱਥੋਂ ਹੀ ਸ਼ੁਰੂ ਕਰਨ ਲੱਗਾ ਹਾਂ ਕਿ ਪਤੀ ਸੀ ਕੁਲਦੀਪ ਸਿੰਘ ਛਾਬੜਾ, ਪਤੀ ਸੀ ਤੇ ਪਿਤਾ ਵੀ ਸੀ, ਜਿਹਨੇ ਸੀਨੇ ਨਾਲ ਬੱਚਿਆਂ ਨੂੰ ਲਾਈ ਰੱਖਿਆ, ਬਈ ਆਖਰੀ ਦਮ ਤੱਕ ਭੁੱਲਿਆ ਨਹੀਂ ਬੱਚਿਆਂ ਨੂੰ, ਸਭ ਨੂੰ ਆਪਣੇ ਦਿਲ 'ਚ ਵਸਾਈ ਰੱਖਿਆ। ਬੇਸ਼ੱਕ ਦੁੱਖ ਤਕਲੀਫਾਂ ਤਾਂ ਕਈ ਆਈਆਂ, ਪਰ ਉਹਨੇ ਆਪਣੇ ਮਨ ਨੂੰ ਟਿਕਾਈ ਰੱਖਿਆ ਵੀ ਕਿਸੇ ਨਾਲ ਵਿਗਾੜੀ ਸੀ ਨਹੀਂ, ਉਮਰ ਸਾਰੀ ਰਿਸ਼ਤਾ ਸਭ ਨਾਲ ਉਹਨੇ ਬਣਾਈ ਰੱਖਿਆ। ਕੋਈ ਵੱਟ ਮੱਥੇ ਤੇ ਉਹਨੇ ਸੀ ਨਹੀਂ ਪਾਇਆ, ਪਿਆਰ ਸਭ ਨਾਲ ਉਹਨੇ ਵਧਾਈ ਰੱਖਿਆ। ਜਿਵੇਂ ਬੀਤਦੀ ਰਹੀ ਬਿਤਾਈ ਉਹਨੇ, ਤੇ ਸਮਾਂ ਉਸੇ ਤਰ੍ਹਾਂ ਉਹਨੇ ਬਿਤਾਈ ਰੱਖਿਆ। ਕਿਸੇ ਕੋਲੋਂ ਨਹੀਂ ਸੀ ਉਹਨੇ ਹੱਥ ਕੱਢਿਆ, ਪਰ ਭਲਾ ਬੁਰਾ ਨੂੰ ਉਹਨੇ ਫੜਾਈ ਰੱਖਿਆ, ਭਲਾ ਬੁਰਾ ਨੂੰ ਉਹਨਾਂ ਫੜਾਈ ਰੱਖਿਆ। ਬਸ ਇੰਨੇ ਹੀ ਲਫ਼ਜ਼ਾਂ ਦੇ ਨਾਲ Thank you.
ਸਰਦਾਰ ਕੁਲਦੀਪ ਸਿੰਘ ਸਾਬੜਾ ਉਹਨਾਂ ਕਰਦੇ ਹਨ ਰਾਮ ਨੂੰ
ਸੰਸਾਰ ਕਹਾਂ ਤੈ ਪ੍ਰੀਤ ਹੈ, ਸੋ ਤੋ ਮੁਕਤ ਕਹਾਂ ਤਿਉ ਕੈਸੀ, ਕਰ ਪ੍ਰਸਾਦ ਦੀ ਪਾਈ ਹੈ। ਭਗਤ ਕਬੀਰ ਜੀ ਬਾਣੀ 'ਚ ਕਹਿੰਦੇ ਹਨ ਕਿ ਮੈਨੂੰ ਮੁਕਤੀ ਨਹੀਂ ਚਾਹੀਦੀ, ਕਿਉਂਕਿ ਤੇਰੇ ਪ੍ਰਸਾਦ ਤੇਰੀ ਕਿਰਪਾ ਦੁਆਰਾ ਤੇਰੇ ਚਰਨਾਂ ਦੇ ਵਿੱਚ ਤੇਰੇ ਨਾਮ ਦੇ ਰੂਪੀ ਚਰਨਾਂ ਦੇ ਵਿੱਚ ਮੈਂ ਜੁੜਿਆ ਰਹਾਂ। ਇਹੀ ਅਰਦਾਸ ਰਹੇ ਸਵਾ ਸਾਰੇ ਹੀ ਆਓ। ਜਿਸ ਸਰਦਾਰ ਕੁਲਦੀਪ ਸਿੰਘ ਸਾਲੜਾ ਉਹਨਾਂ ਦੀ ਆਤਮਿਕ ਸ਼ਾਂਤੀ ਦੇ ਕਤਲ ਹੋਏ ਹਨ, ਸਵਾ ਸਤਿਗੁਰੂ ਜੀ ਅੱਗੇ ਅਰਦਾਸ ਕਰਨੀ ਕਿ ਸਤਿਗੁਰੂ ਜੀ ਕਿਰਪਾ ਕਰ, ਪਿੱਛੇ ਪਰਿਵਾਰ ਨੂੰ ਭਾਣਾ ਨੂੰ ਦਾ ਬਰ ਬਖਸ਼ ਅਤੇ ਸਾਡੀ ਆਈ ਸੰਗਤ ਦੀ ਹਾਲ ਦੀ ਪ੍ਰਵਾਨ ਕਰ। ਆਓ ਸਭ ਇੱਕ ਸ਼ਬਦ ਨਾਲ ਉਪਰੰਤ ਅਨੰਦ ਸਾਹਿਬ ਜੀ ਦਾ ਜਾਪ ਹੋਵੇਗਾ।
अब की बार बख्शों की कूद सो उन्होंने आत्मिक शांति बख्श पिछे परिवार परिवार के प्रयाहत रख आय समाज की हाजरी का प्रवान कर गुरपति प्रवान करो वाहगुरु जी का खालसा वाहगुरु जी की फतेह। कौन जाने गुण तेरे कहे न जानी अब कौन तेरे परंश मन जो सतगुरां दे साजी निवाजी गुरु रूप गुरु प्यारी खालसा सत संगत जी आओ सारे रसना नूं करिए पवित्र उस विछड़ी आत्मा दे नमेल साहिब श्री गुरु ग्रंथ साहिब महाराज जी पाक पवित्र हजूर अंदर जुड़ बैठे हैं सच्ची ते सच्ची श्रद्धा दे उपर दो बेटा करिए सारे गल की फतेह बुलाओ वाहिगुरु जी का खालसा वाहिगुरु जी की फतेह। साडे तीस कारज कुलदीप सिंह जी छाबड़ा जो कि इस फानी संसार तो सारिआं नूं देवी विछोड़ा दे गए आप सारे रल के उस विछड़ी हुई आत्मा के नवे सतगुरां दे हजूर अरदास बेनती करन वास्ते एकत्र होए हां। दस मिनट का समा आप सारे ने रल के विचार करनी है। गुरु प्यारे वाले ये फानी संसार है। साहिब श्री गुरु तेग बहादुर महाराज तिना की पावन पवित्र बाणी आप जी बड़ी प्यारी मिठी रसना के नाल पढ़ते हो सरवण करते हो राम गए हो रावण गए हो जानको बहु परिवार कहो नानक तिन कछ नहीं सुपने ज्यों संसार। इस संसार एक सुपना है जिंदगी के तौर पे मिले एक जन्म का एक मौत का एक जन्म का दिन एक मौत का विचला जो जीवन है यह संसारी जीवन है। लेकिन सानू यह नहीं पता सी कि जो संसार की आया है उन्हें एक ना एक दिन जाना है। पता भी है पर असी मालक का हुक्म मनने को तैयार नहीं। जिधर जन्म होया सी बड़िया खुशियां मनाई गई बड़िया खुशियां परिवार के मनाई गई पर सतगुरु का मालक का वचन जिहड़ा सी उह सानू याद नहीं रहा। वचन किहड़ा सतगुरु का सी मरण लिखाए मंत्र कहिंदे संसार जी बाद दे विच आउंदा उहदी मरण की तरीक पहला लिखी जाती है। दूसरा वचन साहिब का बड़ा कमाल है पहलों देता है रिचिक सवाहा पिछों देता है जन्म देता कमाल जन्म देता है बहुत पहला लिखते हैं इंसान का रिचिक पहला लिखता है तो जन्म बाद देता है बड़ी कमाल के वचन ये फानी संसार के जो भी कोई आया है उन्हें एक ना एक दिन संसार में छोड़ दिया। बड़े बड़े संसार तो चले गए रहा कोई नहीं एक ना एक दिन साड़ी भी बारी आ जाएगी। कहां विशासा इस भांडे का इतन बुला के ठोका माड़ा जहा ठोका लगना है इस शरीर की कड़ा एक ना एक दिन फुट जाना है। जो कड़ा फुट गया फिर की होना है किसी ने सानू अपने घर में रखना नहीं चाहे अस जिन्ना मर्जी संसार के विचरे होइए रे बौरे कोई करी ना रख कोई फिर तेन किस करे। इस करके मालक कहते तू संसार दे नाल प्यार ना पा जे तू संसार नाल प्यार पावेगा तो संसार च रह जाएगा जे निरंकार दे नाल प्यार पावेगा एक दा एक दिन तू निरंकार वाले रूप बन के उहदे चरणां च बैठ जाएगा। ताई सतगुरु दी बाणी दे वचन ने
ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਆਪਣੀ ਸੱਚੀ ਦਰਗਾਹ ਜਾਏ ਸੱਚਾ ਕਰਨ ਲੱਗਿਆ ਕਿ ਗੁਰਮੁਖਾਂ ਦੀ ਬਾਣੀ ਗੁਰਮੁਖਾਂ ਵਾਸਤੇ ਇਹ ਨਿਕਲ ਜਾ। ਗੁਰਮੁਖ ਪਿਆਰਿਓ, ਅਸੀਂ ਸਾਰੇ ਗੁਰਮੁਖ ਜਦੋਂ ਸਾਡੀ ਰਸਨਾ ਤੇ ਬਾਣੀ ਹੁੰਦੀ ਹੈ ਮਾਲਕ ਦੀ, ਅਸੀਂ ਸਾਰੇ ਗੁਰਮੁਖ ਹੁੰਦੇ ਹਾਂ। ਜਦੋਂ ਸੰਗਤ ਦੇ ਵਿੱਚ ਬੈਠੇ ਹਾਂ, ਸਾਰੀ ਸਤਿਗੁਰ ਦੀ ਪਿਆਰੀ ਸੰਗਤ ਹੈ, ਵਿੱਚ ਸੰਗਤ ਹਰ ਪ੍ਰਭੂ ਦੱਸੇ ਜੀਓ ਕਿ ਸੰਸਾਰ ਤੋਂ ਲੈ ਕੇ ਕੁਛ ਨਾ ਕੁਛ ਲੈ ਕੇ ਆਏ ਹਾਂ ਤੇ ਨਾ ਕੁਛ ਲੈ ਕੇ ਜਾਣਾ। ਕਿਉਂ? ਖਾਲੀ ਹੱਥ ਆਏ ਸੀ, ਅੱਖਾਂ ਮੀਟ ਕੇ ਸੰਸਾਰ ਤੋਂ ਚਲੇ ਜਾਣਾ ਹੈ। ਇਸ ਕਰਕੇ ਮਾਲਕ ਕਹਿੰਦੇ ਭਈ ਪ੍ਰਾਪਤ ਮਾਂ ਦੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਕਾਮ ਮਿਲ ਸਾਧ ਸੰਗਤ ਤੁਹਾਜ ਪਿਆਰਿਆ ਤੂੰ ਸੰਗਤ ਕਰਿਆ ਪਿਆਰਿਆ ਤੂੰ ਸੰਗਤ ਦੇ ਵਿੱਚ ਆ ਕੇ ਨਾਮ ਜਪਿਆ ਕਰ ਪਿਆਰਿਆ ਤੂੰ ਸੰਗਤ ਦੇ ਵਿੱਚ ਆ ਕੇ ਸਿਮਰਨ ਕਰਿਆ ਕਰ ਜਿਹੜਾ ਤੇਰੇ ਅੰਤ ਵੇਲੇ ਸਹਾਇਤਾ ਕਰੇਗਾ ਕਿ ਦੁਨੀਆਂ ਨੇ ਸਾਥ ਨਹੀਂ ਦੇਣਾ। ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਕਰਕੀ ਲਾਲ ਬਹੁਤ ਹਿਤ ਜਾਸਿਓ ਸਦਾ ਰਹਿਣ ਸੰਕਲਾਗੀ ਜਾਵੇ ਹੰਸ ਤਜੀ ਤੇ ਪਾਇਆ ਪ੍ਰੇਤ ਪ੍ਰੇਤ ਕਾਹਦਾ ਪਿਆਰ ਹੈ ਸਾਡਾ ਸੰਸਾਰ ਜਿਹਨੇ ਸਾਨੂੰ ਸਾਥ ਨਹੀਂ ਦੇਣਾ ਉਹਦੇ ਨਾਲ ਪਿਆਰ ਕਾਹਦਾ ਸਾਥ ਦੇਣਾ ਸਾਡਾ ਪਾਲ ਸੁਖਮਨੀ ਸਾਹਿਬ ਦੀ ਬਾਣੀ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੇ ਮਾਂ ਪਿਤਾ ਸੁਖਮੀਤ ਨਾ ਭਾਈ ਮਨ ਮੂਹ ਨਾ ਨਾਮ ਤੇਰੇ ਸੰਗ ਮਾਲਕ ਨੇ ਸਹਾਇਤਾ ਕਰਨੀ ਹੈ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਵੀ। ਇਸ ਕਰਕੇ ਮਾਲਕ ਨੂੰ ਸਦਾ ਚਿੱਤ ਦੇ ਵਿੱਚ ਰੱਖੀਏ ਗੁਣਾਂ ਦੀ ਸਾਂਝ ਪਾਈਏ ਜਿਹਦੇ ਕੋਲ ਗੁਣ ਨੇ ਉਹ ਸੰਸਾਰ ਦੇ ਵਿੱਚ ਵੀ ਜਿੰਦਾ ਹੈ ਤੇ ਅਕਾਲ ਪੁਰਖ ਪਰਮਾਤਮਾ ਨਿਰੰਕਾਰ ਦੇ ਘਰ ਵਿੱਚ ਵੀ ਉਹ ਸਦਾ ਜੀਵਤ ਹੈ ਉਹ ਮਰਦਾ ਨਹੀਂ। ਤਾਂ ਹੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਸਾਂਝ ਕੀਜੇ ਗੁਣਾਂ ਕੇ ਛੋਟ ਔਗਣ ਚੱਲੀਏ ਪਹਿਰੇ ਪਟੰਬਰ ਕਰ ਅਡੰਬਰ ਆਪਣਾ ਕਰਤੱਵ ਜਿੱਥੇ ਜਾਏ ਰਹੀਏ ਆ ਸੰਸਾਰ ਹੈ ਭਲਾ ਕਹੀਏ ਭਲਾ ਕਰਨਾ ਹੈ ਚੋਲ ਅੰਮ੍ਰਿਤ ਪੀ ਜਾਏ ਗੁਣਾ ਕਾ ਹੋਵੇ ਵਾਸਲਾ ਘਟਵਾਸ ਜੇ ਜੇ ਗੁਣ ਹੋਵੇ ਨਾ ਸਾਂਝ ਪਾਲਣੇ ਗੁਣ ਹੋਵੇ ਨਾ ਉਹ ਸਾਂਝ ਪਾਲਣੀ ਚਾਹੀਦੀ ਜਾਤ ਪਾਤ ਨਹੀਂ ਵੇਖਣੀ ਊਚ ਨੀਚ ਨਹੀਂ ਵੇਖਣਾ ਸਾਨੂੰ ਗੁਣ ਦੀ ਲੋੜ ਹੈ ਅਸੀਂ ਗੁਣ ਲੈਣੇ ਜਿਹਦੇ ਕੋਲ ਗੁਣ ਪੱਲੇ ਹੈ ਨਾ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਸ ਇੱਕ ਸਾਖੀ ਛੋਟੀ ਜੀ ਦੋ ਮਿੰਟ ਦੀ ਚਾਰ ਸਾਖੀ ਕਰਕੇ ਸਮਾਪਤੀ ਕਰਨੀ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਸੰਸਾਰ ਨੂੰ ਤਾਰਦੇ ਹੋਏ ਇੱਕ ਨਗਰ ਵਿੱਚ ਗਏ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੁਸੀਂ ਧਿਆਨ ਰੱਖਣਾ ਜਦੋਂ ਵੀ ਕੋਈ ਸੰਤ ਮਹਾਂਪੁਰਖ ਹੁੰਦਾ ਨਗਰ ਦੇ ਬਾਹਰਲੇ ਬੰਨੇ ਡੇਰਾ ਲਾਉਂਦਾ ਨਗਰ ਵਿੱਚ ਨਹੀਂ ਵੱਸਦਾ ਇੱਕ ਸ਼ਮਸ਼ਾਨ ਭੂਮੀ ਦੇ ਵਿੱਚ ਜਾ ਕੇ ਗੁਰੂ ਨਾਨਕ ਪਾਤਸ਼ਾਹ ਨੇ ਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਡੇਰਾ ਲਾ ਲਿਆ ਡੇਰਾ ਲਾਇਆ ਰਾਤ ਬੀਤੀ ਅਗਲਾ ਦਿਨ ਹੋਇਆ ਭਾਈ ਸਾਹਿਬ ਮਰਦਾਨਾ ਜੀ ਕਹਿਣ ਲੱਗੇ ਗੁਰੂ ਨਾਨਕ ਪਾਤਸ਼ਾਹ ਨੂੰ ਸੱਚੇ ਪਾਤਸ਼ਾਹ ਦੁਨੀਆਂ ਦੇ ਰੱਖਿਅਕ ਦੁਨੀਆਂ ਦੇ ਤਾਰਕ ਸਤਿਗੁਰੂ ਆ ਮੈਂ ਇੱਕ ਸ਼ਮਸ਼ਾਨ ਭੂਮੀ ਵਿੱਚ ਆਪਾਂ ਬੈਠੇ ਹਾਂ ਮੈਂ ਦੇਖਦਾ ਪਿਆ ਕਿ ਬੜੀਆਂ ਕਬਰਾਂ ਬੜੀਆਂ ਹੋਈਆਂ ਨੇ ਇਹਨਾਂ ਕਬਰਾਂ ਦੇ ਉੱਤੇ ਇੱਟਾਂ ਰੱਖੀਆਂ ਹੋਈਆਂ ਨੇ ਕਿਸੇ ਇੱਟ ਦੇ ਉੱਪਰ 7 ਸਾਲ ਲਿਖਿਆ ਕਿਸੇ ਇੱਟ ਦੇ ਉੱਪਰ 9 ਸਾਲ ਲਿਖਿਆ ਕਿਸੇ ਦੇ 5 ਸਾਲ ਲਿਖਿਆ ਕਿਸੇ ਦੇ 2 ਸਾਲ ਲਿਖਿਆ ਕਿਸੇ ਦੇ 11 ਸਾਲ ਲਿਖਿਆ ਸੱਚੇ ਪਾਤਸ਼ਾਹ ਮੇਰੀ ਸਮਝ ਤੋਂ ਪਰੇ ਮੇਰੀ ਸਮਝ ਤੋਂ ਪਰੇ ਤੁਸੀਂ ਚਾਨਣਾ ਪਾਓ ਐਡਾ ਵੱਡਾ ਨਗਰ ਹੈ ਐਡਾ ਵੱਡਾ ਨਗਰ ਹੈ ਕੋਈ ਇਸ ਨਗਰ ਦੇ ਵਿੱਚ 80 ਸਾਲ ਦਾ ਬਜ਼ੁਰਗ ਕੋਈ ਚੜ੍ਹਾਈ ਨਹੀਂ ਕੀਤਾ 80 ਸਾਲ ਦੀ ਇੱਟ ਕੋਈ ਦਿਖਦੀ ਨਹੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਮਰਦਾਨਿਆ ਸੁਣ ਇਹ ਨਗਰ ਦੇ ਲੋਕ ਬੜੇ ਸੂਝਵਾਨ ਨੇ ਇਸ ਨਗਰ ਦੇ ਲੋਕ ਬੜੇ ਗਿਆਨੀ ਨੇ ਇਸ ਨਗਰ ਦੇ ਲੋਕ ਬੜੇ ਧਿਆਨੀ ਨੇ ਬੜੇ ਸੇਵਕ ਨੇ ਇਸ ਨਗਰ ਦੇ ਲੋਕ ਬੜੀ ਸੰਗਤ ਕਰਦੇ ਕਹਿ ਲੱਗੇ ਮਾਲਕ ਚਾਨਣਾ ਪਾਓ ਦੱਸਣਾ ਕਰੋ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਦੇ ਭਾਈ ਮਰਦਾਨਿਆ
इस नगर के लोग बड़े सियाने ने, इन्होंने अपने संगत करते ने कोई कापी से रोज उन्ना समान ले जिनी संगत की कापी से रोज का रोज उन्होंने नोट कर लिया लिख के ला दें जीवन संसार हम सियाने सारे बैठे हुए आप अपने मन में झात मारे असं कि ਕਹਿੰਦੇ ਬੜੇ ਸਿਆਣੇ ਨੇ ਇੱਟੇ ਲਿਖ ਦਿੰਦੇ ਨੇ ਇਹਦਾ ਜੀਵਨ 2 ਸਾਲ ਇਹਦਾ ਜੀਵਨ 5 ਸਾਲ ਇਹਦਾ ਜੀਵਨ 11 ਸਾਲ ਇਹਨਾਂ ਜੀਵਨ ਦੇ ਵਿੱਚ ਜਿੰਨਾ ਕੁ ਜਿਹਨੇ ਨਾਮ ਜਪਿਆ ਉਹਨਾਂ ਕੈਲਕੂਲੇਸ਼ਨ ਕਰਕੇ ਵੀ ਇੱਟ ਤੇ ਲਿਖ ਕੇ ਤੇ ਬੜੀ ਤਰ੍ਹਾਂ ਦੇ ਜੀਵਨ ਉਹ ਹੈ ਜਿਹੜਾ ਗੁਰੂ ਦੀ ਦੇਖੀ ਜੀਵਨ ਉਹ ਹੈ ਜਿਹੜਾ ਗੁਰਬਾਣੀ ਪੜ੍ਹਦੇ ਹਾਂ ਗੁਰੂ ਦੀ ਲਿਖੀ ਵੀ ਲੱਗਦਾ ਹੈ ਅਸੀਂ ਵੀ ਅਰਦਾਸ ਬੇਨਤੀ ਕਰਨੀ ਸੱਚੇ ਪਾਤਸ਼ਾਹ ਬਹੁਤ ਜਨਮ ਵਿਛੜੇ ਤੇ ਮਾਧੋ ਤੇ ਜਨਮ ਤੁਹਾਰੇ ਲਿਖੀ ਇਹ ਅਰਦਾਸ ਬੇਨਤੀ ਕਰਿਆ ਤੋ ਅਰਦਾਸ ਬੇਨਤੀ ਸਤਿਗੁਰ ਨੇ ਚਰਨਾਂ ਚ ਕਰਨੀ ਹੈ ਬਹੁਤ ਜਨਮ ਵਿਛੜੇ ਤੇ ਮਾਧੋ ਤੇ ਜਨਮ ਤੁਹਾਰੇ ਲਿਖੀ ਸੱਚੇ ਪਾਤਸ਼ਾਹ ਇਹ ਤੁਸੀਂ ਜੀਵਨ ਦਿੱਤਾ ਨਾ ਇਹਨੂੰ ਲਿਖੇ ਲਾ ਦਿਓ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਂ ਦੀ ਤਰਿਆ ਰੇ ਗੁਰੂ ਨਾਨਕ ਜੀ ਨੂੰ ਸੁਣਿਆ ਵੇਖਿਆ ਸੇ ਫਿਰ ਦਰਬਾਰ ਆਪਣਾ ਨਹੀਂ ਬਣਾਉਂਦੇ ਉਹਨਾਂ ਦੇ ਸਤਿਗੁਰ ਪਾਤਸ਼ਾਹ ਸਾਡੇ ਨਹੀਂ ਬਣਾਉਂਦੇ ਸੰਸਾਰ ਤੋਂ ਲੈ ਕੇ ਕੁਛ ਨਹੀਂ ਜਾਣਾ ਖਾਲੀ ਹੱਥ ਆਏ ਸਰ ਖਾਲੀ ਹੱਥ ਚਲਿਆ ਜਾਣਾ ਇਹ ਸਭ ਕੁਛ ਸੰਸਾਰ ਤੇ ਰਹਿ ਜਾਣਾ ਕਹਿਣੀ ਕਰਕੇ ਨੀਲ ਖੁਦਾਈ ਉੱਪਰ ਮੰਡਲ ਛਾਏ ਗਰਮ ਕਰਤ ਹੈ ਬਿਨਸ ਜੈ ਝੂਠੀ ਦੇਈ ਇੱਕ ਨਾ ਇੱਕ ਦਿਨ ਦੇ ਬਿਨਸ ਜਾ ਧਿਆਨ ਰੱਖਣਾ ਦੋ ਚਾਰ ਲੋਈਆਂ ਹੁੰਦੀਆਂ ਨੇ ਚਾਦਰਾਂ ਹੁੰਦੀਆਂ ਨੇ ਪਾਈਆਂ ਹੋਈਆਂ ਗੁਰੂ ਪਿਆਰੇ ਸ਼ਮਸ਼ਾਨ ਘਾਟ ਵਿੱਚ ਲੈ ਕੇ ਜਦੋਂ ਜਾਂਦੇ ਨੇ ਨਾ ਸੰਸਕਾਰ ਕਰਨ ਵਾਸਤੇ ਉਹ ਲੋਈਆਂ ਮਿਲਾ ਲਈਆਂ ਜਾਂਦੀਆਂ ਫਿਰ ਨਾਲ ਕੀ ਜਾਏ ਪਿਆਰੇ ਬੰਦੇ ਦੇ ਨਾਲ ਜਾਣੇ ਨੇ ਬੰਦੇ ਦੇ ਗੁਣ ਜਿੱਦਾਂ ਆਪਾਂ ਸਾਰੇ ਰਲ ਕੇ ਬੈਠੇ ਹਾਂ ਬਾਕੀ ਸਾਰੀ ਦੁਨੀਆਂ ਦੇ ਪਦਾਰਥ ਘਟ ਜਾਂਦੇ ਨੇ ਵਿਦਿਆ ਤੇ ਪਿਆਰ ਜਿੰਨਾ ਵੰਡਾਂਗੇ ਓਨਾ ਹੀ ਵਧੇਗਾ ਓਨਾ ਹੀ ਵਧੇਗਾ ਸੰਸਾਰ 'ਚ ਆਏ ਹਾਂ ਲਾਹਾ ਲੈਣ ਵਾਸਤੇ ਇਸ ਕਰਕੇ ਨਾਮ ਰੂਪੀ ਲਾਹਾ ਸਾਡੇ ਕੋਲ ਹੋਵੇ ਇਹ ਸਾਡੇ ਲੋਕ ਸੁਖੀਏ ਅਤੇ ਪਰਲੋਕ ਸੁਹੇਲੇ ਹੋ ਸਕੇ ਜਿੰਨੀ ਨਾਮ ਤੇ ਆਇਆ ਇਹ ਮੁਸੀਬਤ ਕਾਲ ਨਾਨਕ ਦੀ ਮੁਕਤੀ ਜਲੇ ਕੀਤੀ ਛੁਪੀ ਜਦੋਂ ਕਿਤੇ ਸੰਸਾਰ ਤੋਂ ਸਾਡਾ ਸੱਦਾ ਆਵੇ ਸਤਿਗੁਰ ਪਾਤਸ਼ਾਹ ਸਾਡਾ ਚਿੱਤ ਤੇਰੇ ਚਰਨਾਂ ਦੇ ਨਾਲ ਜੁੜਿਆ ਹੋਵੇ ਸਾਡੇ ਹੱਥ ਵਿੱਚ ਗੁਟਕਾ ਸਾਹਿਬ ਦੀ ਬਾਣੀ ਹੋਵੇ ਸਾਡੇ ਹੱਥਾਂ ਵਿੱਚ ਸੁਖਮਨੀ ਸਾਹਿਬ ਦੀ ਬਾਣੀ ਹੋਵੇ ਮੈਂ ਤੇਰੀ ਗੋਦ ਦੇ ਵਿੱਚ ਬੈਠਾ ਚੌਰ ਕਰਦਾ ਜਾਵਾਂ ਇਹ ਸੰਸਾਰ ਤੋਂ ਜਾਣਾ ਬਾਬਾ ਈਸ਼ਵਰ ਸਿੰਘ ਜੀ ਬਚਨ ਕਿਹਾ ਕਰਦੇ ਸੀ ਸੱਚੇ ਪਾਤਸ਼ਾਹ ਗੁਰੂ ਕੀ ਪਿਆਰੀ ਸੰਗਤ ਮੈਂ ਅਰਦਾਸ ਬੇਨਤੀ ਕਰਦਾ ਕਿ ਜਦੋਂ ਵੀ ਕਿਤੇ ਮੇਰਾ ਅੰਤਲਾ ਸਮਾਂ ਆਵੇ ਮੈਂ ਬਾਜੀ ਤੇ ਬੈਠਾ ਕੀਰਤਨ ਕਰਦਾ ਜਾਵਾਂ ਬਾਬਾ ਈਸ਼ਵਰ ਸਿੰਘ ਜੀ ਦੇ ਬੋਲੇ ਕਿ ਜਾਣੇ ਹਮਾਰੇ ਕੈਸਾ ਪਰਿਣਾਮ ਹੋਵੇ ਕਿਤੇ ਮੌਤ ਆਉਣੀ ਹੈ ਕੋਈ ਪਤਾ ਨਹੀਂ ਆਪ ਸਾਰੇ ਜਾਣਦੇ ਹੋ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਪੁੱਤਰ ਧਰਤੀ ਤੇ ਕੁਛ ਦਿਨ ਪਹਿਲਾਂ ਰਾਗੀ ਸਾਗੀ ਸੋਧਨ ਦੀ ਚੌਂਕੀ ਵਿੱਚ ਬਾਜੇ ਤੇ ਬੈਠੇ ਕੀਰਤਨ ਕਰਦੇ ਸੰਸਾਰ ਨੂੰ ਪਿਆਰਾ ਕਰਦੇ ਇਹਨੂੰ ਕਹਿੰਦੇ ਮਰਨਾ ਇਹਨੂੰ ਕਹਿੰਦੇ ਮਰਨਾ ਕਿਉਂ ਜਾਣਾ ਕਿ ਮਰੇਗੇ ਕੈਸਾ ਮਰਨਾ ਹੋਏ ਇਹ ਬਾਣੀ ਹੈ ਬਾਜੇ ਤੇ ਬੈਠੇ ਕੀਰਤਨ ਕਰਦੇ ਕਰਦੇ ਚਲੇ ਗਏ ਆਪ ਸਾਰੇ ਨੇ ਦੇਖਿਆ ਵੀ ਹੋਣਾ ਸੁਣਿਆ ਵੀ ਹੋਣਾ ਇਹਨੂੰ ਕਹਿੰਦੇ ਜੀਵਤ ਸਾਹਿਬ ਸੇਵਕ ਆਪਣਾ ਚਲਦੇ ਰਾਖਿਓ ਜੀ ਇਹ ਅਰਦਾਸ ਕਰਦੀ ਸਤਿਗੁਰ ਦੇ ਚਰਨਾਂ 'ਚ ਕਰਿਆ ਕਰੀਏ ਸੱਚੇ ਪਾਤਸ਼ਾਹ ਜਿਉਂਦਿਆਂ ਤੋਂ ਵਿਸਰੇ ਨਾ ਜਦੋਂ ਕਿਤੇ ਅੰਤਲਾ ਸਮਾਂ ਆਵੇ ਤੇ ਮੈਂ ਤੇਰੀ ਗੋਦੀ ਦੇ ਵਿੱਚ ਬੈਠਾ ਅਰਦਾਸ ਬੇਨਤੀ ਸਤਿਗੁਰ ਦੇ ਚਰਨਾਂ 'ਚ ਕਰਿਆ ਕਰੋ ਆਪ ਸਾਰੇ ਅਤੀ ਸਤਿਕਾਰ ਦੇ ਪ੍ਰਦੀਪ ਸਿੰਘ ਜੀ ਸ਼ਾਬੜਾ ਉਹਨਾਂ ਦੇ ਅਰਦਾਸ ਬੇਨਤੀ ਵਿੱਚ ਸ਼ਾਮਲ ਹੋਏ ਹੋ ਆਪ ਸਾਰਿਆਂ ਦਾ ਧੰਨਵਾਦ ਫੁੱਲਾਂ ਦੱਸਦੀਆਂ ਅਰਦਾਸ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ
जो ना दुख में दुख नहीं माने, सुख सनी और पहने जाके कंचन माटी माने, दुख दे विच शामिल होया दुख फटिया फटिया। आप सारी दुख मनाउण वास्ते आए हो, आप सारे अरदास किया। आओ सारे रल के संगति रूप विच अनंत सहिब का पाठ करिए, फिर अपना अरदास दीप शाम प्रभा जी मन चित बिरतियां एकाग्र करियो। अरदास मन चित बिरति एकाग्र होनी चाहिए, अरदास मिले तो अरदास सतगुरु के चरण की परवाह। आप सारे अरदास किया। वाहिगुरु जी का खालसा वाहिगुरु। राम कलियां हरदा तीजा आनंद को ओंकार सतगुर प्रसाद आनंद भया मेरी माए सतगुरु मैं पाया सतगुरता पाया सह से दी मन दियाँ बाधाइया राग रतन परिवार परियां शब्द गावड़िया शब्दो नगाओ हरि कीरा मन तिनी बसाया कह नाम आनंद हुआ सतगुरु मैं पाया के मन मेरिया तुस दर हो नाले हतारो तुम मेरे दुख सब विसारना अंगीकार हो करे तेरा काज सब सवारना सब ना गला सुरा स्वामी सतगुरु नमस्कारे कह नानक मन मेरे सदार गुरु बरनाले साजे साहिबा क्या नहीं कपटी रह घटा तीर सब शह जिसते सो पावे सदा सिख सभा तेरी नाम वसावे नाम की मन सियावा जे शब्द नेरे कह नानक सच्चे साहिब क्या नहीं कपटी रह सच्चा नाम मेरा आधार साच नाम आधार मेरा सब गवाइया प्रशांत मना सियाज निशान सब पुजाइया सदा कुर्बान किया गुरगटवा जिसकिया बड़िया कह नानक सुनो संतोष रोके आलो सचा नाम मेरा आधार वाजे पांच शब्द तिदकार सुपागे घर सुपागे शब्द वाजे कला जित करतारी आ पंच दूत दवास कीते काल कंड कुमारिया दुर्करम पाया दुजन को से नाम हर कै लागे कह नानक तें सुख होवा तित कर अनहद वाजे आनंद सुनो बड़ भागियो पार ब्रह्म प्रभु पाया उतरी सगल दुख रोग संताप उतरी सुनी सजी संत साजन भए सरसे पूरे गुरते सुनते पुनीत करते पर सतगुर अंत नानक गुर चरण लागे वाजे आनंद सुनते पुनीत करते पर सतगुर अंत नानक गुर चरण लागे वाजे आनंद वाहि कमसा वाहि ਬੰਦ ਕੁੱਟਵਾਏ
ਖੋਪੜੀਆਂ ਲੋਹਾਈਆਂ ਤਰਪੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਭਾਇਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੁਲਾਓ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਤੋ ਵਾਹਿਗੁਰੂ 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 ਚਿੱਤੇ ਆਵੈ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਜੀ ਤਾਂ ਰਚਿਆਰੇ ਆਇਤੋ ਦੇਵ ਤੇਗ ਫਤਿਹ ਗੁਰਦ ਕੀ ਪੈਰ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਵਾ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਰਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਤੇ ਨਿਮਾਣਿਆਂ ਦੇ ਮਾਂ ਨਿਤਾਣਿਆਂ ਦੇ ਪਿੱਛੇ ਸਾਰੇ ਪਰਿਵਾਰ ਨੂੰ ਕੁਟੁੰਬ ਨੂੰ
आप जी ने सुंदर वस्त्र भेटा किए, आप जी ने अंगीकार करने बड़ा प्रसादी देव हाजर है, तर प्रमाण हो प्रवान हो प्रसाद संगत में चवरताओं की आज्ञा बख्शो देव सज्जन असिशणिया ज्यो होवे साहिब समेत सुख ਛਾਪੜਾ ਜੀ ਨੇ ਅੱਜ ਦੱਸ ਵੀ ਲਿਆ ਤੇ
उन्होंने कभी भी किसी को कोई माड़ा बोल नहीं बोलिया। तो हर बंद प्यार करते सी, हर बंद कहता ही चाहता जी मेरे ना बहुत प्यार करता है, सुभा सी एक बहुत वधिया। तो हर मेरे बंद मिलनसार का सुभा से उन्होंने कितने परिवार को बहुत वड्डा घाटा पिया। उत्थे मैं समझदा साढ़े इलाके धर्मपुरे को बहुत वड्डा घाटा पिया, क्योंकि किसी को भी कोई दुख सुख होता सी ना तो सरदार कुलदीप सिंह छाबड़ा जी को मिल लीदा सी। छाबड़ा जी यह काम है दस का नानक साहब लंगर जाता है, सोमवार सेवा लगी है, कोई दिक्कत आ गई लंगर दे ते मैं छाबड़ा साहब को बेनती की कि मैं क्या दिक्कत आ रही है छाबड़ा जी। वो कहते परवाह ही ना कर, मैं नहीं पता उन्होंने की चक्कर चलाया, तो जी लंगर दिक्कत से वही खत्म कर दी। ये बड़ी वड्डी उन्होंने उत्ते गुरु साहब की कृपा से। हुण मैं बेनती करांगा गुरद्वारा पहली पातशाह गुरुघाट वालों साढ़े सत्कार योग प्रधान साहब सरदार रणजीत सिंह जी ढिल्लों उन्होंने वड्डे बेटे को दस्तार भी देंगे, सरदार रणजीत सिंह जी ढिल्लों साहब श्रद्धा के फुल भी अर्पण करेंगे। उन्होंने बाद साढ़े सत्कार योग वकील साहब दर्शन सिंह जी राय इतने कहना उ मैं ढिल्लों साहब को बेनती करांगा, क्योंकि बीबी हरजीत कौर जी ने भी साढ़े बहुत ही सत्कार सरदार कुलदीप सिंह जी शाहता दिन शाहता के सत्कार भेट कर रही सतगुर सच्चे पातशाह चरणों के अरदास भेट कर रही छाबड़ा परिवार नाम करके प्रकट कर रही और बैठी गुरु 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 कैसा साढ़े जी वाहगुरु जी का खालसा वाहगुरु जी की फतह। भाई गुरदास जी का फरमान है गुरमुख जन सवार करके चलिया सच्ची करके जाए सच्चा पिंड मल्या के महामागुर साहब कुछ दिन पहला सरदार कुलदीप सिंह जी छाबड़ा परिवार को रिश्तेदार सके संबंधियों सदीवी कर रही मशूरा देख के सतगुर सच्चे पातशाह जी के चरणों में जा बराजे सन। अज दसी हुई गुरु मर्यादा के अनुसार अपना सारे उन्होंने लविंदर दास बेल जी चौधरी सतगुर के चरणों की है जीवन में बीतते समय स्वासा की पूंजी को खत्म करते समय खर्च करते समय अगर कोई उन्होंने अवज्ञा होगी हो गए कोई कमी कोई घाट कोई गलती होगी हो गए सतगुर सच्चे पातशाह उस लंच कारण विछड़ चुकी आत्मा को अपने पवित्र चरण स्थान दे ये आप मर्यादा में रह के अरदास बेनती चौधरी की सतगुरु कृपा करे मेहर करे रहमत से बख्शिश करे विछड़ चुकी आत्मा को अपने चरण स्थान दे। हमें धर्मपुरा साहब छाबड़ा साहब बारे उन्होंने जीवन बारे उन्होंने सेवा बारे आप सारे दस रहे सन। बड़े गुरमुख ख्याल सुभा सेवक इंसान साहब सरदार कुलदीप सिंह दो तरह के प्राणी संसार में विचरते हैं। कुछ प्राणी होते हैं जिन्हें अपने जीवन को मन की इच्छा के अनुसार मन के आशय अनुसार जीवन बतीत करते हैं स्वासा की पूंजी को खर्च करते हैं, उन्होंने प्राणियों को मनमुख आख्या जाता। दूसरे इंसान होते हैं जिन्हें गुरु के आशय अनुसार जीवन बतीत करते हैं गुरु के दसे हुए मार्ग पर चलते हैं गुरु के अनुसार सेवा करते हैं उन्होंने गुरमुख आख्या जा सकता। आप सरदार कुलदीप सिंह उन्होंने बारे सारे जिस तरह उन्होंने जीवन आ जिस तरह की उन्होंने सेवा उतों अंदाजा ला सकते हैं कि वह बहुत गुरमुख सन। गुरु के आशय अनुसार उन्होंने जीवन बतीत किया गुरु के दसे हुए मार्ग पर चल के लोड़वंद की मदद करनी गुरु घर के नितनेम करना हमेशा गुरु की दसी हुई गल करना इस करके आप उन्होंने गुरु के मार्ग से चलते हुए कह सकते हैं कि गुरमुख सन गुरु का इस अनुसार अपना जीवन बतीत करके गए क्योंकि कुदरत का विधान है जो आया सो चल से सब कोई आई वारी है। सतगुर सच्चे पातशाह जी का फरमान है भी संसार के प्लेटफार्म से आने तो पहला असं अपना जान का समा निश्चित कर देते हैं वन दिखाए मंडल में आए वो समा आप निश्चित करा के आने जो समा सरदार कुलदीप सिंह छाबड़ा उन्होंने आ गया बहुत बड़ा घाटा बहुत दुखदायक समा परिवार लिए
ਬੱਚਿਆਂ ਲਈ ਉਹਨਾਂ ਦੀ ਧਰਮ ਸਪਤਨ ਬੀਬੀ ਰਣਜੀਤ ਕੌਰ ਜੀ ਜੋ ਸ਼੍ਰੋਮਣੀ ਅਕਾਲੀ ਦਲ ਦੀਆਂ ਇਸ ਦੀ ਪਿੰਡ ਦੀ ਸ਼ੋਭਾ ਵਿੱਚ ਰਹਿ ਕੇ ਸੇਵਾ ਕਰ ਰਹੇ ਨੇ ਸਮਾਜ ਦੀ ਲੋੜਵੰਦਾਂ ਦੀ ਇਲਾਕੇ ਦੀ ਬਹੁਤ ਉਹਨਾਂ ਦੀ ਕਾਲਨਾ ਬਹੁਤ ਉਹਨਾਂ ਦੀ ਸੇਵਾ ਪਰ ਕੁਦਰਤਾਂ ਨਿਜ਼ਾਮ ਆਉਣ ਦੇ ਅਨੁਸਾਰ ਜੋ ਆਇਆ ਸਰ ਚੰਦ ਸੀ ਸਭ ਕੋਈ ਆਈ ਮਾਰੀਏ ਸਾਰਿਆਂ ਨੇ ਚਲੇ ਜਾਣਾ ਮਾਰੇ ਪਰ ਲੇਖਾ ਜਿਹੜਾ ਆਪਾਂ ਕਰਦੇ ਹਾਂ ਲੇਖਾ ਇਹੀ ਹੁੰਦਾ ਵੀ ਜਿਹੜਾ ਇਨਸਾਨ ਸਾਡੇ ਕੋਲੋਂ ਵਿਛੜ ਕੇ ਗਿਆ ਉਹਦੀ ਸਮਾਜ ਨੂੰ ਕੀ ਦੇਣਾ ਪਰਿਵਾਰ ਨੂੰ ਕੀ ਦੇਣਾ ਇਲਾਕੇ ਨੂੰ ਕੀ ਦੇਣਾ ਅਤੇ ਆਪਾਂ ਛਾਵੜਾ ਸਾਹਿਬ ਬਾਰੇ ਕਹਿ ਸਕਦੇ ਵੀ ਬਹੁਤ ਗੁਰਮੁਖਤਾਈ ਦੇ ਅਨੁਸਾਰ ਇਸ ਇਲਾਕੇ ਦੇ ਵਿੱਚ ਉਹਨਾਂ ਨੇ ਗੁਰੂ ਦੀ ਗੱਲ ਦਾ ਬਹੁਤ ਵੱਡਾ ਵਿਸਥਾਰ ਕੀਤਾ ਅਤੇ ਸਾਰਾ ਕੀਤਾ ਸੋ ਅੱਜ ਉਹ ਸਾਡੇ ਵਿੱਚ ਨਹੀਂ ਸਤਿਗੁਰ ਕਿਰਪਾ ਕਰਨ ਮਿਹਰ ਕਰਨ ਰਹਿਮਤ ਕਰਨ ਬਖਸ਼ਿਸ਼ ਕਰਨ ਉਸ ਵਿਸ਼ਵ ਚੁੱਕੀ ਆਤਮਾ ਨੂੰ ਆਪਣੇ ਚਰਨਾ ਸਥਾਨ ਦੇ ਪਿੱਛੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਸਕੇ ਸੰਬੰਧੀਆਂ ਨੂੰ ਇਹ ਦੁਖਦਾਇਕ ਪਾਣਾ ਮੰਨਣ ਦੀ ਸ਼ਕਤੀ ਕੁਛ ਇਹਦੀ ਬੇਨਤੀ ਕਰਦਾ ਹਾਂ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਅਤੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਵੱਲੋਂ ਵੀ ਵਿਸ਼ਵ ਚੁੱਕੀ ਆਤਮਾ ਦੇ ਚਰਨਾਂ 'ਚ ਸ਼ਰਧਾ ਅਤੇ ਸਤਿਕਾਰ ਭੇਟ ਕਰਦਾ ਅਤੇ ਅਕਾਲੀ ਜਨਤਾ ਦਾ ਲਿਹਾਜ਼ ਸ਼ਹਿਰੀ ਵੱਲੋਂ ਵੀ ਸ਼ਰਧਾ ਅਤੇ ਸਤਿਕਾਰ ਭੇਟ ਕਰਦਾ ਪ੍ਰਤੀਤ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਗਤ ਤੋਂ ਕਿਮਾ ਵੀ ਲੈ ਰਹੇ ਕਿਉਂਕਿ ਮੈਂ ਅਜਿਹੀ ਇੱਕ ਉਸ ਮਾਧੋ ਦੇ ਵਿੱਚ ਸੁੰਦਰ ਨਗਰ ਜਾਣਾ ਇਸ ਕਰਕੇ ਕਿ ਮਤਲਬ ਜਾ ਚੁੱਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੁਣ ਮੈਂ ਬੇਨਤੀ ਕਰਾਂਗੇ ਕਿਉਂਕਿ ਸਰਦਾਰ ਕੁਲਦੀਪ ਸਿੰਘ ਛਾਬੜਾ ਜੀ ਦਾ ਪਤਾ ਨਹੀਂ ਕਿੰਨੀਆਂ ਸੰਸਥਾਵਾਂ ਨਾਲ ਕਿੰਨੀਆਂ ਧਾਰਮਿਕ ਸੁਸਾਇਟੀਆਂ ਨਾਲ ਪਿਆਰ ਸੀ ਗੁਰਦੁਆਰਾ ਚੋੜੀ ਸਰ ਸੁਨਹਿਰੀ ਗੁਰਦੁਆਰਾ ਸਰਦਾਰ ਇਕਬਾਲ ਸਿੰਘ ਨੂੰ ਬੇਨਤੀ ਕਰਾਂਗੇ ਉਹ ਵੀ ਹਾਂ ਕਿਉਂਕਿ ਸੁਨਹਿਰੀ ਗੁਰਦੁਆਰੇ ਦੇ ਵਿੱਚ ਬਹੁਤ ਹੀ ਵੱਡੀ ਜਿਹੜੀ ਸੇਵਾ ਕੀਤੀ ਹੈ ਬਹੁਤ ਸੇਵਾਦਾਰ ਵੀ ਸਨ ਬੜਾ ਰੂਪ ਭਰਦੇ ਹੋਏ ਰਕਮ ਸੀ ਉਹਨਾਂ ਦਾ ਇਸਤਰੀ ਅਕਾਲੀ ਦਲ ਵੱਲੋਂ ਸਾਡੇ ਸਰਪੰਚੋ ਇਸਤਰੀ ਅਕਾਲੀ ਦਲ ਦੇ ਚੰਨਾ ਸੈਕਟਰੀ ਬੀਬੀ ਗੁਰਮੀਤ ਕੌਰ ਜੀ ਉਹ ਵੀ ਦਸਤਾਰ ਲੈਣਗੇ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸਰਕਾਰੀ ਹਾਈ ਸਕੂਲ ਸਰਕਾਰੀ ਹਾਈ ਸਕੂਲ ਸਿੱਧਾ ਬ੍ਰਹਮਪੁਰੀ ਤੇ ਉਹਨਾਂ ਵੱਲੋਂ ਵੀ ਬਲਵੀਰ ਸਿੰਘ ਜੀ ਦੇਣਗੇ ਮੈਂ ਦਰਸ਼ਨ ਸਿੰਘ ਰਾਏ ਜੀ ਨੂੰ ਬੇਨਤੀ ਕਰਾਂ ਉਹ ਆਏ ਵਕੀਲ ਸਾਹਿਬ ਉਹਨਾਂ ਦਾ ਬਹੁਤ ਪਿਆਰ ਹੈ ਸਰਦਾਰ ਪਰਮਜੀਤ ਸਿੰਘ ਜੀ ਵੀ ਸਰਕਾਰੀ ਸਕੂਲ ਵੱਲੋਂ ਦੇਣਗੇ ਪਹਿਲਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਵੱਲੋਂ ਸਾਡੇ ਜਾਤੀ ਸਾਹਿਬ ਦੇ ਰਹੇ ਸਰਦਾਰ ਰਣਜੀਤ ਸਿੰਘ ਜੀ ਸਰਕਾਰੀ ਸਕੂਲ ਵੱਲੋਂ ਬੜੀ ਸੋਹਣਿਆ ਦਰਸ਼ਨ ਸਿੰਘ ਜੀ ਰਾਜ ਸਾਹਿਬ ਜਦੋਂ ਉਹਦੀ ਮੌਤ ਆਉਂਦੀ ਹੈ ਹਰ ਕੋਈ ਮਰ ਜਾਂਦਾ ਹੈ ਜਦੋਂ ਉਹਦੀ ਮੌਤ ਆਉਂਦੀ ਹੈ ਜਦੋਂ ਜੀਵਨ ਪਰ ਛਾਬੜਾ ਦੇ ਪਿੱਛੋਂ ਵੀ ਦੁਨੀਆ ਗੀਤ ਗਾਉਂਦੀ ਅੱਜ ਅਸੀਂ ਵਿਛੜੀ ਹੋਈ ਰੂਹ ਦੀ ਯਾਦ ਵਿੱਚ ਇੱਥੇ ਇਕੱਠੇ ਹੋਏ ਹਾਂ ਰੂਹਾਂ ਆਉਂਦੀਆਂ ਨੇ ਚਲੀਆਂ ਜਾਂਦੀਆਂ ਨੇ ਉਹ ਸੀ ਕੁਲਦੀਪ ਸਿੰਘ ਜੀ ਛਾਬੜਾ ਟੋਕੜਾ ਪ੍ਰਸ਼ਾਦ ਦੇ ਕੱਪੜੇ ਵੀ ਤਿਆਰ ਹੋ ਗਏ ਨੇ ਤੋ ਮੈਂ ਜਿੱਥੇ 2 ਮਿੰਟ ਲੈਣੇ ਸੀ ਉੱਥੇ ਅੱਧੇ ਮਿੰਟ ਵਿੱਚ ਹੀ ਆਪਣੇ ਵਿਚਾਰ ਦੇਣੇ ਹੈ ਉਹ ਸਵਾਗਤ ਕਰਨ ਵਾਲਾ ਹਾਂ ਕਿਉਂਕਿ ਇਹ ਭਾਰੀ ਬਾਤ ਹੈ ਕਿ ਕਿਤੇ ਗੱਫੇ ਜਦੋਂ ਵੱਜ ਜਾਣ ਫਿਰ ਗੱਫੇ ਦੀ ਗੱਲ ਹੋਣੀ ਸ਼ੁਰੂ ਹੋ ਜਾਂਦੀ ਹੈ ਤੋ ਮੈਂ ਬਾਤ ਇੱਥੋਂ ਹੀ ਸ਼ੁਰੂ ਕਰਨ ਲੱਗਾ ਹਾਂ ਕਿ ਪਤੀ ਸੀ ਕੁਲਦੀਪ ਸਿੰਘ ਛਾਬੜਾ ਪਤੀ ਸੀ ਤੇ ਪਿਤਾ ਵੀ ਸੀ ਜਿਹਨੇ ਸੀਨੇ ਨਾਲ ਬੱਚਿਆਂ ਨੂੰ ਲਾਈ ਰੱਖਿਆ ਬਈ ਆਖਰੀ ਦਮ ਤੱਕ ਭੁੱਲਿਆ ਨਹੀਂ ਬੱਚਿਆਂ ਨੂੰ ਸਭ ਨੂੰ ਆਪਣੇ ਦਿਲ 'ਚ ਵਸਾਈ ਰੱਖਿਆ ਬੇਸ਼ੱਕ ਦੁੱਖ ਤਕਲੀਫਾਂ ਤਾਂ ਕਈ ਆਈਆਂ ਪਰ ਉਹਨੇ ਆਪਣੇ ਮਨ ਨੂੰ ਟਿਕਾਈ ਰੱਖਿਆ ਵੀ ਕਿਸੇ ਨਾਲ ਵਿਗਾੜੀ ਸੀ ਨਹੀਂ ਉਮਰ ਸਾਰੀ ਰਿਸ਼ਤਾ ਸਭ ਨਾਲ ਉਹਨੇ ਬਣਾਈ ਰੱਖਿਆ ਵੀ ਵੱਟ ਮੱਥੇ ਤੇ ਉਹਨੇ ਸੀ ਨਹੀਂ ਪਾਇਆ ਪਿਆਰ ਸਭ
ਨਾਲ ਉਹਨੇ ਵਧਾਈ ਰੱਖਿਆ, ਜਿਵੇਂ ਬੀਤਦੀ ਰਹੀ ਬਿਤਾਈ ਉਹਨੇ ਤੇ ਸਮਾਂ ਉਸੇ ਤਰ੍ਹਾਂ ਉਹਨੇ ਬਿਤਾਈ ਰੱਖਿਆ। ਕਿਸੇ ਕੋਲੋਂ ਨਹੀਂ ਸੀ ਉਹਨੇ ਹੱਥ ਕੱਢਿਆ, ਪਰ ਭਲਾ ਬੁਰਾ ਨੂੰ ਉਹਨੇ ਫੜਾਈ ਰੱਖਿਆ, ਭਲਾ ਬੁਰਾ ਨੂੰ ਨਾ ਫੜਾਈ ਰੱਖਿਆ। ਬਸ ਇਹਨੇ ਹੀ ਲਫ਼ਜ਼ਾਂ ਦੇ ਨਾਲ ਮੈਂ ਇਹ ਆਈ ਸੰਗਤ